फ्रेंड्स ते अज दे वीडियो साडी एक खास ताई है क्योंकि अज असी नवे हेडसेट्स लबन जाने हैं। फॉर एग्जाम्पल लाइक असी जिम लिए यूज करना है, वर्कआउट, जॉगिंग। साडे कोल इस वक्त चार चॉइस ने, एप्पल, बोज, सोनी, बीट्स। हुण बीट्स साडे कोल एक सेट पिया है ऑलरेडी, ये चीजा ही रिसर्च करूंगे ते नाल नाल असी अज थोनू भी दिखाऊंगे क्योंकि अज असी देखे हुए बीट्स ने भी नवे लॉन्च करे हैं, जकन पावर बीट्स। इस वक्त असी सब तो पहला हेडफोन देखोंगे बोज दे। ते बोज दे इस वक्त एक तो आह दो ने, बोज क्वाइट कंफर्ट छोटे आले हेडफोन, जे उत्थे होंगे स्टोर च वो भी देख लूंगे एक बार। पर लाइक साडे उन्होंने ईयरबड्स है, साडे कोल ऑलरेडी दो ईयरपॉड्स पए हैं एप्पल दे, वो ज्यादातर एक्चुअली वर्कआउट लिए है, जेडे जॉगिंग वर्कआउट होंदे हैं। ते ए है जेडे सब तो इन्हां दे ब्रांड न्यू हेडफोन आए ने, इन्हां दे चार कलर ने, एक तो डबल पिंक दे नाल वाइट लाइनिंग, ग्रे एंड व्हाइटिश, लक्स सिल्वर, ते एक हैगा फुली ब्लैक। जेड़ा इन्हां दा ना सब तो सोना बोज दा कलर कॉम्बिनेशन ना, ओहो इन्ने चॉइसेस नहीं हुंदे, तां इन्हां दे सब तो सोने ज्यादातर सिल्वर ही हुंदा है, तां साडा ज्यादातर चॉइस इह बनी हुई है क्योंकि ये ना क्योंकि ये पॉप आउट जिहा हुंदा है, एक लाइक होर एक लाइक नॉट टू ब्राइट हैगा पर लाइक परफेक्ट लगता है। ते दूसरे इस वक्त आए ने नवे एप्पल दे AirPods Max, ए नवे हेडफोन्स बनाए ने। हुण इन्हां दा क्या है, इन्हां दी बिल्ड क्वालिटी जिहड़ी इनिशियल हैगी ओह बहुत वधिया बनाई गई है, स्ट्रांग है, पर जिहड़ा आउटर डिजाइन है प्लेन ही है, इन्ना ओह नहीं लगदा कि है वधिया, मेनू पसंद है पर लाइक फैमिली यूज लई इह ज्यादा प्लेन लगता है। यस, इन्ने डिजाइन नहीं है इस च, फिर इस च कलर्स भी हैगे डिफरेंट, जकन ब्लू है, रेड है, ग्रे है, वाइट, ब्लैक, ते एक मिडनाइट ग्रीन वर्गा आया होया है कलर। ते आ एक चॉइस हो सकदा है, एदा भी साउंड क्वालिटी अजकल सुनिया बहुत ज्यादा वधिया आई हुई है, इस च भी मेनू सिल्वर विच पसंद आया इहनां दा। हां जी, तीजे ते जाऊंगे ता सोनी, सोनी यस। हां जी, जेड़े आहा हेडसेट ने उपर इहनां दी मैं तारीफ बहुत सुनी है, कहंदे बहुत ज्यादा बहुत ही वधिया है ਇਹ ਜਿਹੜੇ ਹੈਡਫੋਨਸ ਹੈ, ਲੋਕ ਇਹਨਾਂ ਨੂੰ ਜਿਹੜੇ ਅਸੀਂ ਤੁਹਾਨੂੰ ਬੋਜ਼ ਦੇ ਦਿਖਾਏ ਹਾਂ ਉਹਨਾਂ ਨਾਲ ਬਹੁਤ ਕੰਪੇਅਰ ਕਰਦੇ ਹੈ ਕਿਉਂਕਿ ਉਹ ਦੋਨੇ ਬਹੁਤ ਵਧੀਆ ਹੈ। ਤਾਂ ਫਿਰ ਸਾਡਾ ਇਨੀਸ਼ਲੀ ਅਸੀਂ ਬੋਜ਼ ਔਰ ਸੋਨੀ ਦੇ ਜ਼ਿਆਦਾ ਦੇਖੂੰਗੇ ਕਿਉਂਕਿ ਸਾਡੇ ਕੋਲ ਆਲਰੇਡੀ ਐਪਲ ਦੇ ਪ੍ਰੋਡਕਟਸ ਹੈਗੇ ਹੈ। ਆ ਸੋਨੀ ਦੇ ਇਸ ਚਾਰਜ ਨੇ ਦੋ ਰੰਗ, ਅਤੇ ਜਿਹਨਾਂ ਜਿਹਨਾਂ ਨੂੰ ਵੀ ਸੋਨੀ ਵਧੀਆ ਲੱਗਦਾ ਹੈ ਮੈਂ ਹਾਈਲੀ ਰੈਕਮੈਂਡ ਕਰੂੰਗਾ ਕਿ ਆਹ ਹੈਡਸੈਟ ਸਭ ਤੋਂ ਵਧੀਆ ਰਹੂਗਾ। ਅਤੇ ਦੂਸਰੀ ਗੱਲ, ਇਹ ਸਾਰੇ ਨੋਇਸ ਕੈਂਸਲਿੰਗ ਹੈਡਫੋਨ ਨੇ, ਮਤਲਬ ਬਾਹਰ ਤੋਂ ਆਵਾਜ਼ ਨਹੀਂ ਆਉਣੀ, ਇਕੱਲੇ ਹੈਡਸੈਟ ਦੀ ਆਵਾਜ਼ ਆਉਣੀ ਹੈ ਅਤੇ ਜੋ ਵੀ ਤੁਸੀਂ ਪਲੇ ਕਰੋਗੇ। ਇਸ 'ਚ ਮੈਨੂੰ ਇਹਨਾਂ ਦਾ ਰੰਗ ਵੀ ਬਹੁਤ ਸੋਹਣਾ ਲੱਗਦਾ ਹੈ, ਵਾਈਟ ਵਿਦ ਲਾਈਕ ਗੋਲਡ ਨੇਮ ਲਿਖਿਆ ਹੋਇਆ ਸੋਨੀ ਦਾ, ਤੁਸੀਂ ਆਪੇ ਉਰੇ ਦੇਖ ਸਕਦੇ ਹੈ। 2000 ਰਿਵਿਊ ਨੇ ਅਤੇ ਪੂਰੇ 5 ਸਟਾਰਸ। ਇਹ ਸਾਰਿਆਂ ਤੋਂ ਜਿਹੜਾ ਅਸੀਂ ਤੁਹਾਨੂੰ ਦਿਖਾਏ ਹੈ ਸੋ ਫਾਰ ਇਹ ਉਹਨਾਂ ਦੇ ਸਸਤੇ ਹੈ, 350 ਦੇ ਹੈ, ਜਿਹੜਾ ਹੈਗਾ ਵੀ ਹਜੇ ਐਕਸਪੈਂਸਿਵ ਹੈ ਪਰ ਜਿਹੜੇ ਅਸੀਂ ਤੁਹਾਨੂੰ ਲਾਸਟ ਟੂ ਦਿਖਾਏ ਹਾਂ ਉਹਨਾਂ ਤੋਂ ਸਸਤਾ ਇਹ। ਯੈਸ, ਦੇਖੂੰਗੇ ਜੇ ਉੱਥੇ ਹੋਊਂਗੇ ਤਾਂ ਅਸੀਂ ਡੈਫੀਨੇਟਲੀ ਉਹਨੂੰ ਟਰਾਈ ਆਊਟ ਵੀ ਕਰੂੰਗੇ ਡਿਸਪਲੇ ਤੇ। ਤੇ ਇਸ 'ਚ ਵੀ ਸੇਮ ਫੰਕਸ਼ਨਸ ਹੈ, ਨੋਇਸ ਕੈਂਸਲੇਸ਼ਨ, ਤਾਂ ਵਾਇਰਲੈਸ ਹੈ, ਤਾਂ ਸੇਮ ਹੀ ਨੇ। ਯਾ, ਬੀਟਸ ਦੇ ਨਾਲ ਪਤਾ ਕਿਆ ਮੇਰੀ ਫੇਵਰੇਟ ਚੋਇਸ ਤਾਂ ਹੈ ਬੀਟਸ ਕਿਉਂਕਿ ਇਹਨਾਂ ਦਾ ਸਟਾਈਲ ਬਹੁਤ ਜ਼ਿਆਦਾ ਵਧੀਆ ਹੈ। ਪਰ ਪ੍ਰੋਬਲਮ ਹੈ ਜਿਹੜੇ ਪਾਪਾ ਹੈ ਨਾ ਉਹਨਾਂ ਨੂੰ ਨਾ ਜ਼ਿਆਦਾਤਰ ਬਹੁਤ ਕੰਫਰਟ ਚਾਹੀਦੀ ਹੈ, ਤਾਂ ਇਹ ਹੈਗੇ ਨੇ ਥੋੜ੍ਹੇ ਜਿਹੇ ਅਨਕੰਫਰਟੇਬਲ, ਬਹੁਤ ਦੇਰ ਬਾਅਦ ਟਾਈਟ ਟਾਈਟ 'ਚ ਲੱਗਣ ਲੱਗ ਜਾਂਦੇ ਹੈ। ਤਾਂ ਜੇ ਮੈਂ ਸੱਚੀ ਦੱਸਾਂ ਬੋਜ ਦੇ ਮੈਨੂੰ ਸਾਊਂਡ ਕੁਆਲਿਟੀ ਵਧੀਆ ਲੱਗਦੀ ਹੈ, ਜੇ ਡਿਜ਼ਾਈਨ ਕਵਾਂ ਤਾਂ ਬੀਟਸ ਦੇ ਵਧੀਆ ਨੇ, ਤਾਂ ਫਿਰ ਇਹਨਾਂ ਦੇ ਵਾਇਰਲੈਸ ਵੀ ਹੈਗੇ, ਇੱਕ ਪਾਵਰ ਬੀਟਸ। ਯੈਸ, ਪਾਵਰ ਬੀਟਸ ਇੱਕ ਵਾਇਰਲੈਸ ਨਵੇਂ ਆਏ ਨੇ, ਆ ਰਹੇ ਨੀਚੇ, ਹਾਂ ਆ ਰਹੇ, ਜਿਹੜੇ ਇਹ ਮੈਨੂੰ ਸੋਹਣੇ ਲੱਗਦੇ ਕਿਉਂਕਿ ਇਸ 'ਚ ਕੰਬੀਨੇਸ਼ਨ ਐਪਲ ਹੋਰ ਬੀਟਸ ਦਾ ਹੈ। ਹਾਂਜੀ, ਤਾਂ ਫਿਰ ਇਹ ਜਾ ਰਹੇ ਹੈ ਲਿਮਿਟਿਡ ਆਫਰ, ਇਹਨਾਂ ਦੀ ਸੇਲ ਚੱਲ ਰਹੀ ਹੈ 250 ਤੋਂ 200 ਤੇ ਜਾ ਰਹੇ ਹੈ, $50। ਸਿੰਸ ਸਾਡੀ ਚੋਇਸ ਆਲਰੇਡੀ ਹੋ ਗਈ ਬੋਜ਼ ਲਈ, ਤਾਂ ਫਿਰ ਅਸੀਂ ਬਸ ਉਹਨੇ ਪਾਪਾ ਨੂੰ ਕਾਲ ਕਰਦੇ ਹਾਂ ਔਰ ਉਹਨਾਂ ਨੂੰ ਦਿਖਾਉਂਦੇ ਹਾਂ ਵੀ ਉਹਨਾਂ ਦਾ ਫੇਵਰੇਟ ਕਲਰ ਆਲਰੇਡੀ ਹੈਗਾ ਹੈ। ਪਾਪਾ ਉਰੇ ਆਈਓ, ਅਸੀਂ ਤੁਹਾਨੂੰ ਹੈਡਫੋਨ ਦਿਖਾਉਣੇ ਹੈ। ਤਾਂ ਸਾਡੀ ਚੋਇਸ ਬਣੀ ਹੋਈ ਹੈ ਆਹ ਬੋਜ਼ ਨੋਇਸ ਕੈਂਸਲਿੰਗ, ਇਹ ਬ੍ਰੈਂਡ ਨਿਊ ਆਏ ਨੇ ਇਹਨਾਂ ਦੇ, ਤੇ ਚਾਰ ਕਲਰ ਨੇ ਸਨੈਪਸਟੋਨ ਜਿਹੜੇ ਚਾਹੀਦੇ ਨੇ, ਇੱਕ ਬਲੈਕ ਹੈ ਤੇ ਇੱਕ ਸਿਲਵਰ, ਸਿਲਵਰ ਸਭ ਤੋਂ ਬੈਸਟ ਹੈ।
ਯੈਸ ਵਾਈਟ ਵਧੀਆ ਥਾ ਫਿਰ ਰੋਜ਼ ਗੋਲਡ ਆ ਜਾਂਦਾ ਵਿੱਚ ਤਾਂ ਤੁਹਾਨੂੰ ਵਧੀਆ ਲੱਗਦੇ ਕਿੱਥੇ ਆਏ ਹੋਏ ਨੇ ਇਹ ਵਾਲਮਾਰਟ ਬੈਸਟ ਬਾਇਸ ਕੋਦਨ ਆਪਾਂ ਬੈਸਟ ਬਾਇਸ ਜਦੋਂ ਉਹਨਾਂ ਕੋਲ ਇੱਕੋ ਸੀਗਾ ਬਲੈਕ ਹਾਂਜੀ ਇਹ ਵਾਲਮਾਰਟ ਕੋਲ ਅਸੀਂ ਦੇਖਿਆ ਹੈ ਉਹ ਕਹਿੰਦੇ ਉਹਨਾਂ ਕੋਲ ਇੱਕ ਸਟਾਕ ਵਿੱਚ ਪਿਆ ਹੈ ਓਕੇ ਦੇਖਿਓ ਨੇ ਤਾਂ ਕੀ ਹੋਗਾ ਹਾਂਜੀ ਜੇ ਅੱਛੇ ਲੱਗੇ ਤਾਂ ਲੈ ਲਾਂਗੇ ਤਾਂ ਫਿਰ ਉਹ ਕਹਿੰਦੇ ਵੀ ਪ੍ਰਾਈਸ ਮੈਚਿੰਗ ਵੀ ਕਰ ਸਕਦੇ ਆ ਲਾਈਕ ਅਗਰ ਤੁਹਾਨੂੰ ਸਸਤਾ ਮਿਲੇ ਤਾਂ ਦੇਖੋ ਕਿਤੇ ਹੋਰ ਸਸਤੇ ਹੋਣਗੇ ਉਹਨਾਂ ਨੂੰ ਆਪਾਂ ਪ੍ਰਾਈਸ ਮੈਚਿੰਗ ਨਾਲ ਦਿਖਾ ਦੋ ਹਾਂਜੀ ਜਾਣਾ ਫਿਰ ਹੁਣੇ ਚੱਲਣਾ ਚਲੋ ਹੁਣੇ ਚੱਲਦੇ ਚਲੋ ਕੋ ਚੱਲਦੇ ਚਲੋ ਓਕੇ ਅਸੀਂ ਤੁਹਾਨੂੰ ਵਾਲਮਾਰਟ 'ਚ ਮਿਲਦੇ ਹਾਂ ਰਿਕਾਰਡ ਕਰਨ ਲਈ ਚਲੋ ਫਿਰ ਅੰਦਰ ਜਾਂਦੇ ਤਾਂ ਫਿਰ ਗਾਇਸ ਅਸੀਂ ਫਾਈਨਲੀ ਪਹੁੰਚ ਗਏ ਹੈੱਡਫੋਨ ਸੈਕਸ਼ਨ ਵਿੱਚ ਤਾਂ ਫਿਰ ਦੇਖ ਸਕਦੇ ਜਿਹੜੇ ਹੋਰ ਕੰਪਨੀਆਂ ਦੇ ਵੀ ਆ ਸੋਨੀ ਦੇ ਵੀ ਪਏ ਆ ਪਰ ਉਹ ਵਾਲੇ ਨਹੀਂ ਹੈ ਜਿਹੜੇ ਅਸੀਂ ਦੇਖਣੇ ਆ ਉਹ ਰਹੇ ਹਾਂ ਆ ਰਹੇ ਸੇਮ ਪ੍ਰਾਈਸ ਹੈ ਉਹਦੇ 348 ਤਾਂ ਫਿਰ ਸਾਡੇ ਪਾਪਾ ਕੁਛ ਹੋਰ ਦੇਖਣ ਲੱਗ ਗਏ ਸੀਗੇ ਆ ਸਾਰਾ ਹੈੱਡਫੋਨ ਤੇ ਆ ਜਿਹੜੇ ਤੁਹਾਨੂੰ ਮੈਂ ਦਿਖਾ ਰਿਹਾ ਥਾ ਸਟਾਈਲਿਸ਼ ਵਾਲੇ ਆਹ ਨੇ ਬੀਟਸ ਇਹ ਵੀ ਬਹੁਤ ਜ਼ਿਆਦਾ ਵਧੀਆ ਇਹਨਾਂ ਦੀ ਸਾਊਂਡ ਕੁਆਲਿਟੀ ਹੈ ਅਸੀਂ ਇਹੇ ਇਧਰ ਇਹ ਦੇਖੂੰਗੇ ਜਾਂ ਇਹ ਦੇਖੂੰਗਾ ਇਹਨਾਂ ਦਾ ਵੀ ਉਹੀ ਸੇਮ ਪ੍ਰਾਈਸ 289 ਆਹ ਡਿਸਪਲੇ 'ਤੇ ਲੱਗੇ ਹੋਏ ਨੇ ਇਹ JBL ਡਿਸਪਲੇ ਨੇ ਸਾਰੇ ਟੁੱਟੇ ਹੋਏ ਹਾਂ ਇਹ ਵਾਲੇ ਜਿਹੜੇ ਅਸੀਂ ਦੇਖ ਰਹੇ ਹਾਂ ਬਿਲਡ ਕੁਆਲਿਟੀ ਵੈਸੇ ਸੋ ਫਾਰ ਸੋਲਿਡ ਹੈ ਇਹਨਾਂ ਦੀ ਯਾ ਸੋਲਿਡ ਨੇ ਸਾਰੇ ਸੀ ਤਾਂ ਅਸੀਂ ਆਲਰੇਡੀ ਯੂਜ਼ ਟੂ ਹੈ ਬੀਚ ਤਾਂ ਪਰ ਇਹਨਾਂ ਨੇ ਸਾਨੂੰ ਬਿਲਡ ਕੁਆਲਿਟੀ ਤਾਂ ਪਤਾ ਹੀ ਹੈ ਸਾਡਾ ਮੇਨ ਬੋਜ ਅਸੀਂ ਇਹ ਵਾਲੀ ਲੱਭਣ ਆਏ ਹਾਂ ਯਾ ਤੇ ਇਹਨਾਂ ਕੋਲ ਜਿਹੜਾ ਰੰਗ ਸਾਨੂੰ ਸਿਲਵਰ 'ਚ ਚਾਹੀਦਾ ਹੈ ਉਹ ਹੈ ਨਹੀਂ ਇਹਨਾਂ ਕੋਲ ਉਰੇ ਡਿਸਪਲੇ 'ਤੇ ਪਰ ਅਸੀਂ ਜਾ ਕੇ ਉਹਨਾਂ ਨੂੰ ਪਿੱਛੇ ਤੋਂ ਪੁੱਛ ਲੂੰਗੇ ਆ ਇਹਨਾਂ ਦੇ ਬਾਕੀ ਸਾਰੇ ਪ੍ਰੋਡਕਟ ਆ ਗਏ ਬਸ ਪਾਪਾ ਆਉਂਗੇ ਅਸੀਂ ਸਲਾਹ ਕਰ ਲੂੰਗੇ Similar, not the same, similarly. So one is noise cancelling and another one is quiet and comfort. Yes, correct. But the price is same. Let me see, I don't know. This is $379, okay. Yes. Good. Same as this one, yeah. $299. Oh, so it's different, okay. It's $100 different because this is, yes, this is just like these ones, almost. Correct. See, that's what. So this is a newer one. Mm-hmm. Are you not? Okay, good. And how much is these ones? Just want to take a look, you know. We like these ones too. Oh, beautiful. So these ones are for the running, good stuff. Yeah, it's good. So they are like a wireless, but they just go around the neck. Yeah. How much are these ones, sir? Boss got a good stuff, eh? This is Boss the best. Yes. One of the best? One of the best. Wow. In the world. Sound quality is good. Very good. Right. Very nice. I take the price. How much is $20? ਤਾਂ ਅਸੀਂ ਉਹਨੂੰ ਇਹ ਪੁੱਛੇ ਨੇ ਜਿਹੜੇ ਥੱਲੇ ਪਏ ਨੇ ਇਹ ਓਵਰਹੈਡ ਹੈੱਡਫੋਨ ਨੇ ਬਿਊਟੀਫੁਲ ਸਾਊਂਡ ਹਾਂਜੀ ਆਹ ਦੇਖੋ ਇਹ ਇੱਕ ਨਵਾਂ ਨਾ ਏਅਰ ਫਰਾਇਰ ਆਇਆ ਇਹ ਅਸੀਂ ਨੈਕਸਟ ਲਵਾਂਗੇ ਪਰ ਅਸੀਂ ਦੇਖ ਰਹੇ ਹਾਂ ਕਿ ਹੋਰ ਕੁਆਲਿਟੀ ਦਾ ਮਿਲੇ ਸਾਨੂੰ ਅਸੀਂ ਇਹਲੇ ਵੇਟ ਕਰਨਾ ਚਾਹੁੰਦੇ ਕਿ ਬ੍ਰੈਂਡ ਨਿਊ ਹੀ ਆਇਆ ਇਹ ਫੈਟ ਫ੍ਰੀ ਆਈਟਮਸ ਨੇ ਹਾਂ ਇਸ 'ਚ ਕੀ ਹੁੰਦਾ ਹੈ ਯੈਸ ਏਅਰ ਫਰਾਇਰ ਅਸੀਂ ਹੁਣ ਗੱਡੀ 'ਚ ਜਾ ਕੇ ਨੂੰ ਓਪਨ ਕਰਦੇ ਹਾਂ ਕਿਉਂਕਿ ਸਾਨੂੰ ਇੱਥੇ ਕਈ ਵਾਰ ਵੀਡੀਓ ਬਣਾਉਣ 'ਤੇ ਬੋਲੀ ਜਾਂਦੇ ਨੇ ਅਤੇ ਨਾਲ ਅਸੀਂ ਤਿੰਨ ਸਾਲ ਦੀ ਦੋ ਤਿੰਨ ਸਾਲ ਦੀ ਐਕਸਟਰਾ ਵਾਰੰਟੀ ਵੀ ਸਾਨੂੰ ਮਿਲ ਗਈ ਅਤੇ ਉਰੇ ਇੱਕ ਚੀਜ਼ ਅੱਛੀ ਆ ਵੀ ਅਸੀਂ ਇਹ ਕੰਟਰੀ ਦੀ ਕੁਛ ਵੀ ਲੈਂਦੇ ਹਾਂ ਰਿਟਰਨੇਬਲ ਆ ਯੈਸ ਇਲੈਕਟ੍ਰੋਨਿਕਸ ਸਾਡੇ ਇੱਥੇ 15-16 ਡੇਸ 'ਤੇ ਅਸੀਂ ਰਿਟਰਨ ਕਰਨੇ ਹੁੰਦੇ ਨੇ ਅਤੇ ਜਿਹੜੇ ਕੋਈ ਕੱਪੜਾ ਲੈਂਦੇ ਹਾਂ ਉਹ ਅਸੀਂ ਹੁਣ ਪੈਂਡੈਮਿਕ ਕਰਕੇ 3 ਮੰਥਸ ਕਰਤਾ ਇਹਨਾਂ ਨੇ ਯੂਜਲੀ 30 ਡੇਜ਼ ਹੁੰਦਾ ਕੱਪੜੇ ਦਾ ਪਰ ਬਹੁਤ ਅੱਛੀ ਅਤੇ ਸਹੂਲਤ ਆ ਸਾਨੂੰ ਹੈਨਾ ਚਲੋ ਫਿਰ ਤੁਹਾਨੂੰ ਅਸੀਂ ਗੱਡੀ 'ਚ ਜਾ ਕੇ ਓਪਨਿੰਗ ਕਰਦੇ ਮਾੜੀ ਜਿੱਥੇ ਪਹੁੰਚਦੇ ਓਕੇ ਗਾਇਸ ਹੁਣ ਅਸੀਂ ਆ ਗਏ ਘਰ ਅਤੇ ਇਹਦੀ ਮੈਂ ਇੱਕ ਇੱਕ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਊਂਗਾ
ਵਧੀਆ ਤਰੀਕੇ ਨਾਲ ਤੇ ਤੁਹਾਨੂੰ ਇਹਦਾ ਰਿਵਿਊ ਦੱਸੂਗਾ ਕਿ ਕਿੱਦਾਂ ਦੀ ਅਨਬਾਕਸਿੰਗ ਸੀ ਕਿੱਦਾਂ ਦੀ ਸਾਊਂਡ ਕੁਆਲਿਟੀ ਇੱਕ ਵਧੀਆ ਤਰੀਕੇ ਨਾਲ ਦਿਖਾਊਂਗਾ Bose NC700 ਨਾਮ ਠੀਕ ਹੈ ਯਾਰ ਰੱਖਿਆ ਵੈਸੇ ਹੈੱਡਫੋਨਸ ਬਹੁਤ ਸੋਹਣੇ ਬਣਾਏ ਨੇ ਤੇ ਇਹਦੀ ਹੁਣ ਸ਼ੁਰੂ ਕਰਦੇ ਹਾਂ ਅਨਬੋਕਸਿੰਗ ਓਵਰਆਲ ਜਿਹੜਾ ਇਹਦਾ ਆਊਟਰ ਬਾਕਸ ਹੈ ਬਹੁਤ ਸਿੰਪਲ ਬਹੁਤ ਸੋਹਣਾ ਕੁਆਲਿਟੀ ਦਾ ਬਣਾਇਆ ਸਭ ਤੋਂ ਪਹਿਲਾਂ ਇਹਨੂੰ ਖੋਲ੍ਹ ਕੇ ਤੁਹਾਨੂੰ ਮਿਲੂਗਾ ਅੰਦਰ ਇਹਦਾ ਕੇਸ ਕੇਸ ਬੜਾ ਬਣਾਇਆ ਯੂਜਲੀ ਕਿਉਂਕਿ ਆਹ ਦੇਖੋ ਜਿਹੜੇ ਮੇਰੇ ਦੂਸਰੇ ਬੀਟਸ ਨੇ ਇਹ ਨਾ ਬੈਂਡ ਹੋ ਜਾਂਦੇ ਹੈ ਬਸ ਇਵੇਂ ਸਿੰਪਲ ਜਿਹਾ ਗੋਲ ਹੈ ਛੋਟਾ ਹੈ ਤੇ ਇਹਦੀ ਵੀ ਕੁਆਲਿਟੀ ਠੀਕ ਹੈ ਇਹਦੇ ਸਾਹਮਣੇ ਇਹ ਨਾ ਬਹੁਤ ਲੈਦਰੀ ਜਿਹਾ ਬਣਾਇਆ ਹੋਇਆ ਹੈ ਹਾਰਡ ਨਾ ਉੱਪਰ ਨਾਮ ਲਿਖਿਆ ਹੋਇਆ Bose ਓਕੇ ਤਾਂ ਇਹਨੂੰ ਬਸ ਖੋਲ੍ਹ ਕੇ ਬਸ ਤੁਹਾਨੂੰ ਸਿੰਪਲੀ ਆਹੀ ਕੇਸ ਮਿਲਣਾ ਹੈ ਉਹਦੇ ਥੱਲੇ ਤੁਹਾਨੂੰ ਮਿਲੂਗਾ ਯੂਜ਼ਰ ਮੈਨੂਅਲ ਕਿਵੇਂ ਯੂਜ਼ ਕਰੀਦਾ ਫੋਟੋਆਂ ਲਿਖਿਆ ਹੋਇਆ ਇਹ ਕੋਈ ਵੀ ਨਹੀਂ ਵਰਤਦਾ ਤੇ ਬਸ ਇਹਨੂੰ ਰੱਖ ਕੇ ਅੰਦਰ ਬਾਕਸ 'ਤੇ ਕੁਛ ਨਹੀਂ ਹੈਗਾ ਇਹਨੂੰ ਖੋਲ੍ਹ ਕੇ ਆ ਰਹੇ ਹੁਣ ਹੈੱਡਫੋਨ ਅੰਦਰ ਸਿੱਧਾ ਇਹ ਬਹੁਤ ਸਿੰਪਲ ਵਧੀਆ ਬਣਾਏ ਹੋਏ ਨੇ ਸ਼ਾਈਨ ਆ ਰਿਹਾ ਇਸ 'ਚ ਵੋਲਿਊਮ ਕਰੂਗਾ ਉਹਦਾ ਜੇ ਥੱਲੇ ਨੂੰ ਟੱਚ ਕਰੂਗੇ ਵੋਲਿਊਮ ਡਾਊਨ ਕਰੂਗਾ ਉਹ ਤੋਂ ਬਾਅਦ ਬਹੁਤ ਵਧੀਆ ਇਹਨਾਂ ਨੇ ਰੱਖਿਆ ਹੋਇਆ ਸਪੇਸ ਤਾਰਾਂ ਲਈ ਇਹ ਵਾਇਰਲੈਸ ਤਾਂ ਹੈਗੇ ਆ ਪਰ ਜਿੰਨੇ ਵੀ ਹੈੱਡਫੋਨ ਬਣਦੇ ਨੇ ਉਹ ਸਭ ਦੇ ਵਿੱਚ ਤੁਹਾਨੂੰ ਇੱਕ ਤਾਂ ਚਾਰਜਰ ਮਿਲੂਗਾ ਹੀ ਮਿਲੂਗਾ ਕਿਉਂਕਿ ਵਾਇਰਲੈਸ ਹੈ ਉਹ ਤੋਂ ਬਾਅਦ ਤੁਹਾਨੂੰ ਇੱਕ ਮੈਨੂਅਲ ਆਪਸ਼ਨ ਜੇ ਕਦੀ ਕਹਿ ਲਓ ਤੁਹਾਡੇ ਵਾਇਰਲੈਸ ਨਹੀਂ ਚੱਲ ਰਿਹਾ ਤੁਹਾਨੂੰ ਤਾਰ ਮਿਲੂਗੀ ਉਹਦੇ ਅੰਦਰ Bose ਮਿਊਜ਼ਿਕ ਐਪ ਡਾਊਨਲੋਡ ਕਰਕੇ ਦੋਨੋਂ ਆਈਫੋਨ ਐਂਡਰੋਇਡ ਜਿਹੜਾ ਵੀ ਫੋਨ ਹੈ ਤੁਹਾਡਾ ਉਸ 'ਚ ਕਰਕੇ ਇਹਨੂੰ ਕਨੈਕਟ ਕਰ ਲਓ ਤੇ ਤੁਹਾਨੂੰ ਉਸ 'ਚ ਸੈਟਿੰਗ ਮਿਲਿਆ ਕਰੂਗਾ ਸੈਟਿੰਗ ਵਿੱਚ ਤੁਸੀਂ ਨੋਇਜ਼ ਕੈਂਸਲੇਸ਼ਨ ਨੂੰ ਜਿੰਨਾ ਤੁਹਾਨੂੰ ਚਾਹੀਦਾ ਹੈ ਉਨਾ ਕਰ ਸਕਦੇ ਹਾਂ ਸਾਊਂਡ ਉਹ ਸਭ ਕੁਛ ਤੇ ਇਹਦੇ ਬਹੁਤ ਵਧੀਆ ਚੀਜ਼ ਹੈ ਸਿੰਸ ਇਸ 'ਚ ਨਵੇਂ ਬ੍ਰੈਂਡ ਨਿਊ ਚਿਪਸ ਵਗੈਰਾ ਪਏ ਹੁੰਦੇ ਹੈ ਉਹਦੇ ਨਾਲ ਇਹ ਇਸ 'ਚ ਅਪਡੇਟ ਵੀ ਆਇਆ ਕਰੂੰਗੇ ਜਿਵੇਂ ਫੋਨ ਦੇ ਅਪਡੇਟ ਆਉਂਦੇ ਆ ਉਵੇਂ ਹੈੱਡਫੋਨਸ ਦੇ ਅਪਡੇਟ ਆਉਂਦੇ ਆ ਜੇ ਜੇ ਗੱਲ ਕਰਦੇ ਹਾਂ ਹੁਣ ਸਾਊਂਡ ਸਪੋਰਟ ਇਹਦੇ ਬਾਰੇ ਮੈਂ ਸੱਚੀ ਦੱਸਾਂ ਤਾਂ ਮੈਨੂੰ ਇੰਨਾ ਪਤਾ ਨਹੀਂ ਹੈਗਾ ਅਸੀਂ ਐਵੇਂ ਦੇਖ ਕੇ ਸਾਨੂੰ ਵਧੀਆ ਲੱਗੇ ਤਾਂ ਅਸੀਂ ਲੈ ਲਿਆ ਵੀ ਤਾਂ ਇਹਦਾ ਵੀ ਬਹੁਤ ਵਧੀਆ ਜਿਹਾ ਬਣਿਆ ਹੋਇਆ ਹੈ ਖੋਲ੍ਹ ਕੇ ਆ ਉੱਪਰ Bose ਲਿਖਿਆ ਆਊਗਾ ਇਹਨੂੰ ਹੋਰ ਇੱਕ ਵਾਰ ਹੋਰ ਫੋਲਡ ਕਰਕੇ ਫੋਟੋਆਂ ਮਿਲੂਗੀਆਂ ਤੁਹਾਨੂੰ ਇਹ ਹੈਗੇ ਇਹ ਵੀ ਵਾਇਰਲੈਸ ਨੇ ਲੱਗਦੇ ਵਾਇਰਡ ਨੇ ਤੇ ਇਹ ਨਾ ਓਵਰਹੈੱਡ ਲੱਗਦੇ ਨੇ ਔਨਲਾਈਨ ਮੈਂ ਰਿਵਿਊ ਦੇਖੇ ਨੇ ਇਹਦੇ ਵੀ 4 out of 4 ਸਟਾਰ ਮਿਲੇ ਹੈ ਤੇ ਸਭ ਨੇ ਰਿਵਿਊ 'ਚ ਲਿਖਿਆ ਹੈ ਬਹੁਤ ਵਧੀਆ ਸਾਊਂਡ ਬਣਾਇਆ ਹੋਇਆ ਇਹ ਇਸ 'ਚ ਵੀ ਤੁਹਾਨੂੰ ਕੱਢ ਕੇ ਛੋਟਾ ਜਿਹਾ ਕੇਸ ਮਿਲੂਗਾ ਅੱਗੇ Bose ਲਿਖਿਆ ਹੋਇਆ ਹੈ ਚਾਰਜਰ ਤੇ ਬਸ ਇੱਕ ਆਪਾਂ ਉਹੀ ਜਿਵੇਂ ਉਸ 'ਚ ਹੈੱਡਫੋਨ ਦਿੱਤੇ ਤੇ ਇੱਕ ਓਨਰਸ ਮੈਨੂਅਲ ਹੋਪਫੁਲੀ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਿਆ ਹੋਊਗਾ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਅੱਗੇ ਤੇ ਤੁਹਾਨੂੰ ਅਸੀਂ ਅਗਲੇ ਵੀਡੀਓ 'ਚ